ਗੱਲ ਪੰਜਾਬ ਕਾਂਗਰਸ ਦੇ ਕਲੇਸ਼ ਦੀ ਕਰਾਂਗੇ, ਜਿਹੜਾ ਭਾਂਬੜ ਦਾ ਰੂਪ ਅਖਤਿਆਰ ਕਰ ਰਿਹਾ। ਨਵੇਂ ਸੂਬਾ ਇੰਚਾਰਜ ਦਵਿੰਦਰ ਯਾਦਵ ਦੇ ਦਖਲ ਤੋਂ ਬਾਅਦ ਵੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਂਤ ਹੁੰਦੇ ਨਹੀਂ ਦਿਖਾਈ ਦੇ ਰਹੇ। ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਨੇ ਆਪਣੇ ਪੰਜਾਬ ਦੌਰੇ ਦੇ ਚੌਥੇ ਤੇ ਆਖਰੀ ਦਿਨ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲਾ ਕੋਈ ਵੀ ਹੋਵੇ, ਜੇ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਵਧੀਆ ਤਰੀਕੇ ਦੇ ਨਾਲ ਅੱਗੇ ਲੈ ਕੇ ਜਾ ਰਿਹਾ ਤਾਂ ਇਸ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੇਰੇ ਪ੍ਰੋਗਰਾਮ ਤਾਂ ਕਹਿੰਦੇ ਪਹਿਲਾਂ ਤੋਂ ਹੀ ਤੈਅ ਸਨ, ਮੈਂ ਪਾਰਟੀ ਇੰਚਾਰਜ ਦੇਵਿੰਦਰ ਯਾਦਵ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਪਹਿਲਾਂ ਹੀ ਤੈਅ ਹੈ ਤਾਂ ਜਾਣਾ ਚਾਹੀਦਾ। ਸਿੱਧੂ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ, ਜੇ ਕਹਿੰਦੇ ਮੇਰੇ ਅਨੁਸ਼ਾਸਨ ਦੀ ਗੱਲ ਹੈ ਤਾਂ ਦੂਸਰਿਆਂ ਲਈ ਵੀ ਲਾਗੂ ਹੋਣੀ ਚਾਹੀਦੀ ਹੈ। ਲੋਕਾਂ ਨੂੰ ਮੇਰੇ ਪ੍ਰੋਗਰਾਮਾਂ ਦੇ ਵਿੱਚ ਆਉਣ ਤੋਂ ਰੋਕਿਆ ਗਿਆ, ਉਹਨਾਂ ਨੂੰ ਮੇਰੀ ਰੈਲੀ ਵਿੱਚ ਨਾ ਆਉਣ ਲਈ ਫੋਨ ਵੀ ਕੀਤੇ ਗਏ। ਸਿੱਧੂ ਨੇ ਸਪਸ਼ਟ ਕੀਤਾ ਕਿ ਉਹਨਾਂ ਵੱਲੋਂ ਤੈਅ ਕੀਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿਣਗੇ। ਅਗਰ ਅਨੁਸ਼ਾਸਨ ਪਾਲੇਂਗੇ ਤਭੀ ਸ਼ਾਸਨ ਪਾਲੇਂਗੇ ਨਾ, ਲੇਕਿਨ ਅਨੁਸ਼ਾਸਨ ਸਭ ਕੇ ਲਈ ਹੈ। ਇਹ ਤਾਂ ਨਹੀਂ ਹੋ ਸਕਤਾ ਨਾ ਕਿ ਚੰਦ ਲੋਕੋਂ ਕੇ ਲਈ ਕੁਛ ਔਰ ਹੈ ਔਰ ਬਾਕੀ ਲੋਕੋਂ ਕੇ ਲਈ ਕੁਛ ਔਰ ਹੈ। ਉਹਨੇ ਕਿਹਾ ਕਿ ਬਿਲਕੁਲ ਅਬ ਸੰਪਰਕ ਹੈ। ਦੇਖਿਏ, ਜਬ ਸੰਪਰਕ ਟੂਟਤਾ ਹੈ ਨਾ ਦੋਸਤ, ਤਾਂ ਸੰਦੇਹ ਪੈਦਾ ਹੁੰਦਾ ਹੈ ਔਰ ਸੰਦੇਹ ਕੇ ਧਰਾਤਲ ਪੇ ਵਿਸ਼ਵਾਸ ਟੂਟਤਾ ਹੈ। ਤੇ ਦਵਿੰਦਰ ਯਾਦਵ ਨਾਲ ਮੁਲਾਕਾਤ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਇੱਕ ਬਿਆਨ ਦਿੱਤਾ ਆਪਣੇ ਸੋਸ਼ਲ ਮੀਡੀਆ ਤੇ। ਉਹਨਾਂ ਨੇ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ, ਕਿਸੇ ਦਾ ਨਾਮ ਤਾਂ ਨਹੀਂ ਲਿਆ, ਪਰ ਕਹਿੰਦੇ ਕੌਡੀ ਕੌਡੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਗੋਡਿਆਂ ਤੇ ਟਿਕੇ ਹੋਏ ਲੋਕ, ਬਰਕਤ ਦੀ ਗੱਲ ਕਰਦੇ ਨੇ ਗਮਲਿਆਂ ਦੇ ਵਿੱਚ ਉੱਗੇ ਹੋਏ ਲੋਕ। ਜਦੋਂ ਸੂਬਾ ਪ੍ਰਧਾਨ ਜਿਹੜੇ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਵੱਲੋਂ ਸਿੱਧੂ ਦੇ ਇਸ ਤਾਜ਼ਾ ਬਿਆਨ ਬਾਰੇ ਮੀਡੀਆ ਨੇ ਪੁੱਛਿਆ ਤਾਂ ਵੜਿੰਗ ਨੇ ਕਿਹਾ ਕਿ ਪਹਿਲਾਂ ਸਿੱਧੂ ਸਾਹਿਬ ਦੱਸਣ ਕਿ ਉਹਨਾਂ ਨੇ ਕਿਹਦੇ ਲਈ ਬਿਆਨ ਜਾਰੀ ਕੀਤਾ, ਜੇ ਕਹਿੰਦੇ ਮੇਰੇ ਲਈ ਕੀਤਾ ਫਿਰ ਮੈਂ ਜਵਾਬ ਦਿਆਂਗਾ। ਕੌੜੀ ਕੌੜੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਘੁਟਨੋਂ ਪੇ ਟਿਕੇ ਹੋਏ ਲੋਕ, ਅਰੇ ਬਰਗਦ ਕੀ ਬਾਤ ਕਰਤੇ ਹੈ ਗਮਲੋਂ ਮੇਂ ਉਗੇ ਹੋਏ ਲੋਕ। ਭਾਈ ਕਿਸ ਕੋ ਸਿੱਧੂ ਸਾਹਿਬ ਨੇ ਕਿਹਾ ਕਾ ਵੋ ਆਪ ਕਹਿ ਰਹੇ ਕਰਕੇ ਕਹਤੇ ਘੁਟਨੋਂ ਕੇ ਬਲ, ਮੈਂ ਕਹਿ ਰਹਾ ਹੂੰ ਕਿ ਭਾਈ ਵੋ ਕਿਸਨੇ ਕਿਸ ਕੋ ਕਹਾ, ਕੌਣ ਕਿਸ ਕੋ ਕਹਿ ਰਹਾ ਹੈ, ਯੇ ਤੋ ਉਸਸੇ ਪੁੱਛੋ, ਆਦਰਨੀਯ ਸਿੱਧੂ ਸਾਹਿਬ ਸੇ ਪੁੱਛੋ। ਅਗਰ ਵੋ ਕਹੇਗਾ ਕਿ ਵਿਅਕਤੀ ਵਿਸ਼ੇਸ਼ ਮੈਨੇ ਵੜਿੰਗ ਸਾਹਿਬ ਕੇ ਲਈ ਬਾਤ ਕੀ ਹੈ ਜਾਂ ਬਾਜਵਾ ਕੇ ਲਈ ਕਹੀ ਹੈ ਜਾਂ ਫਲਾਂ ਕੇ ਲਈ, ਫਿਰ ਉਸਕਾ ਮੈਂ ਜਵਾਬ ਦੇ ਦੂੰਗਾ। ਨਵਜੋਤ ਸਿੰਘ ਸਿੱਧੂ ਜਦੋਂ ਸੂਬਾ ਇੰਚਾਰਜ ਦਵਿੰਦਰ ਯਾਦਵ ਨੂੰ ਮਿਲ ਕੇ ਬਾਹਰ ਆਏ ਤਾਂ ਉਹਨਾਂ ਨੂੰ ਇਸ ਟਵੀਟ ਦੇ ਬਾਰੇ ਪੱਤਰਕਾਰਾਂ ਨੇ ਪੁੱਛਿਆ ਤਾਂ ਸਿੱਧੂ ਨੇ ਕਿਹਾ ਕਿ ਮੈਂ ਤਾਂ ਰੋਜ਼ ਹੀ ਟਵੀਟ ਕਰਦਾ ਰਹਿਣਾ, ਇਹ ਪਬਲਿਕ ਹੈ, ਸਭ ਜਾਣਦੀ ਹੈ। ਤੇ ਫਿਰ ਰਾਜਾ ਵੜਿੰਗ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਰੈਲੀਆਂ ਤੇ ਇਤਰਾਜ਼ ਨਹੀਂ ਹੈ, ਪਰ ਰੈਲੀਆਂ ਕਰਕੇ ਇਲਾਕਿਆਂ ਵਿੱਚ ਪੈਰਲਲ ਆਗੂਆਂ ਨੂੰ ਖੜਾ ਕੀਤਾ ਜਾ ਰਿਹਾ, ਅਨੁਸ਼ਾਸਨਹੀਣਤਾ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਮੈਂ ਤਾਂ ਹਮੇਸ਼ਾ ਹੀ ਟਵੀਟ ਕਰਦਾ ਰਹਿੰਦਾ ਹੂੰ, ਇਹ ਜੋ ਪਬਲਿਕ ਹੈ ਇਹ ਸਭ ਜਾਣਦੀ ਹੈ। ਕਹੀਂ ਰੈਲੀ ਕਰਨਾ ਜਹਾਂ ਹਮਾਰਾ ਕੰਟੈਸਟਡ ਕੈਂਡੀਡੇਟ ਹੈ ਆਪਕੇ ਸਾਹਮਣੇ, ਵਹਾਂ ਪਰ ਸੂਦ ਸਾਹਿਬ ਕੀ ਮਾਲਿਕਾ ਸੂਦ ਜੀ ਵਹਾਂ ਪਰ ਚੁਣਾਵ ਲੜੇ ਹੈ, ਕਰਨਾ ਇਹ ਅੱਛੀ ਬਾਤ ਨਹੀਂ ਹੈ। ਤੇ ਮੀਡੀਆ ਨੇ ਜਦੋਂ ਸਿੱਧਾ ਸਿੱਧਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਪੁੱਛਿਆ ਕਿ ਸਿੱਧੂ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਹੋਵੇਗੀ ਜਾਂ ਨਹੀਂ, ਤਾਂ ਵੜਿੰਗ ਨੇ ਕਿਹਾ ਕਿ ਜਿਹੜੀ ਤੁਸੀਂ ਖਬਰ ਭਾਲਦੇ ਹੋ ਉਹ ਮੈਂ ਤੁਹਾਨੂੰ ਛੇਤੀ ਦਿਆਂਗਾ। ਯਾਨੀ ਕਿ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਵੜਿੰਗ ਕਹਿ ਗਏ ਨੇ ਕਿ ਸਿੱਧੂ ਖਿਲਾਫ ਪਾਰਟੀ ਕੋਈ ਐਕਸ਼ਨ ਲੈ ਸਕਦੀ ਹੈ। ਬੁੱਧਵਾਰ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਤਗੜਾ ਜਵਾਬ ਦਿੰਦੇ ਹੋਏ ਕਿਹਾ ਕਿ ਕਮਜ਼ੋਰ ਕੋਈ ਵੀ ਨਹੀਂ ਹੈ, ਕੋਈ ਕਿਸੇ ਨੂੰ ਕਮਜ਼ੋਰ ਨਾ ਸਮਝੇ। ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਉਹ ਵੱਡਾ ਟੀਕਾ ਵੀ ਲਾ ਦਿੰਦੇ ਹੁੰਦੇ ਨੇ, ਰੰਗ ਵਿੱਚ ਭੰਗ ਨਹੀਂ ਪਾਉਣੀ ਚਾਹੀਦੀ, ਜੇ ਕੋਈ ਅਜਿਹਾ ਕਰੂਗਾ ਤਾਂ ਉਸਨੂੰ ਭੁਗਤਣਾ ਪਊਗਾ। ਦੂਸਰੇ ਪਾਸੇ ਸਾਰੇ ਕਲੇਸ਼ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ 21 ਜਨਵਰੀ ਨੂੰ ਆਪਣੀ ਇੱਕ ਹੋਰ ਰੈਲੀ ਦਾ ਐਲਾਨ ਕਰ ਦਿੱਤਾ, ਜਿਹੜੀ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਹੋਵੇਗੀ।